इना गरीबा नू की पता कि वर्कआउट की हुंदा वा अपनी फिटनेस ते ख्याल करना चाहिदा जिम ज्वाइन करनी चाहिदी आ ता ही पेट घटदा ता ही बंदा फिट हुंदा हीरो लुक नहीं बनानी बिल्कुल बिल्कुल भाई जिम शुरू कर ली भरा ने नहीं उथे जिम च करदा की मिठा लो हकीम साहब उथे लोया चुकीदा वा हां जी ए पता की लोया चुकदा वा बाद च फिर कसमा चुकदा कि मैं नहीं चुकया मैनू पता है ए लोया चुकदा ना कीती तू जिम शुरू वा ते डौले तेरे नाल लाउण वाले आ दूसरे कट दिखाने मिठाई दोबारा कट दिखाना जरा केड़ा देखना अगे किया महक मलक को शुरू कर ली है पेट अंदर जा सकता थोड़ा सीधे होवो नरगस लड़ाई लैन डी कि सीधा हो तू मेनू ना दस जा तू यारे कट लगा ते किधर नहीं मिठी का शोल्डर दी गेम गाली ना पै जावे एक दफा फिर कर खाजे ऐदा किया देखा हकीम साहब लगता खोते लक च बाला बजा बड़ी मजेदार गल सुनाना है अपनी मशूक नू कहिंदा मैनू छड्ड के ना जाई ओ कहिंदी क्यों कहिंदा मैं फिर गवाच जाणा दवाई नहीं हैदर को
ਤੇ ਦੇ ਉਹਨੂੰ ਕੀ ਹੋਇਆ ਵਰਕਆਊਟ ਜਿਮ ਜੁਆਇਨ ਕਰ ਲਈ ਆ ਉਹ ਤੂੰ ਬੇੜਾ ਵਰਕਆਊਟ ਕਰਨ ਹੋ ਗਿਆ ਤੇਰਾ ਤੇਰਾ ਤੇ ਬੇੜਾ ਹੀ ਵਰਕਆਊਟ ਹੋ ਗਿਆ ਇਹ ਕੀ ਕਰਨ ਨੇ ਆ ਤੂੰ ਜਿਮ ਸਟੈਂਡ ਉਹ ਜਿਮ ਕਰਾਇਆ ਮੇਰਾ ਦਿੱਤਾ ਨਹੀਂ ਜਾਂਦਾ ਜਿਮ ਕਿੱਥੋਂ ਸਟਾਰਟ ਕਰ ਲਿਆ ਤੂੰ ਉਹ ਕਰ ਲਿਆ ਉਹਨਾਂ ਨੇ ਪੋਲ ਥੱਲੇ ਮੁਖਤ ਮਸ਼ੀਨਾਂ ਹਕੂਮਤ ਵਾਲੇ ਨੇ ਲਾਈਆਂ ਹਾਂਜੀ ਓਏ ਉਹ ਨਹੀਂ ਕੀਤਾ ਉਹ ਜਿਹੜੀਆਂ ਖਲੋਤੀਆਂ ਹੁੰਦੀਆਂ ਉੱਥੇ ਹਾਂਜੀ ਪੈਪਾ ਇਹ ਤੇ ਅੱਗੇ ਵੀ ਇਦਾਂ ਹੀ ਸੀ ਹਲ ਤਿੰਨ ਤਾਂ ਘੰਟੇ ਹੋਏ ਆ घट नजर आ रहे हले भाजी नहीं नहीं मेरी गल सुनो जेडे वेटलिफ्टिंग करते ना वो कोई इतने परफ्यूम भी लाते हैं ਆ ਵੇ ਹਾ ਢਿੱਡ ਵੇ ਹਾ ਹੈਗਾ ਵੀ ਲਿਫਟ ਕਰਨਾ ਦੱਸ ਘੰਟਾ ਡੇਢ ਘੰਟਾ ਲੱਗਣਾ ਵਾ ਇਹ ਵਰਕਆਊਟ ਕਰਾਂਗਾ ਡਾਈਟ ਕਰਾਂਗਾ ਸੈੱਟ ਹੋ ਜਾਏਗਾ ਤੁਸੀਂ ਮੇਰੇ ਡੋਰ ਦੇਖਣੇ ਪਿੱਛੋਂ ਕੱਟ ਬਣੋਗੇ ਓਹੋ ਯਾਰ ਇਹ ਮੈਨੂੰ ਲੱਗਦਾ ਤੂੰ ਡੰਬਰ 52 ਨਹੀਂ ਚੁੱਕੇ ਹਾਂ ਇਹ ਗੱਲ ਆ ਬੇਟਾ 10 ਸਾਲ ਵੇਟ ਲਿਫਟਿੰਗ ਕੀਤੀ ਓਹੋ ਹਾਂਜੀ ਅੱਛਾ ਜੀ ਇਹ ਇੱਕ ਇੱਥੇ ਨਾ ਪੂਰਾ ਫਾੜੀ ਬਣੇਗੀ ਅੱਛਾ ਜੀ ਠੀਕ ਆ ਮੈਂ ਫਾੜੀ ਫਾੜੀ ਜਾਵਾਂ ਠੀਕ ਆ ਸੁਣ ਸਿਕਸ ਪੈਕ ਆ ਰਹੇ ਨਾ ਅੰਦਰ ਪਤਾ ਕਿ ਕਾਫੀ ਦੇਰ ਬਾਅਦ ਕੀਤਾ ਨਾ ਮਸਾਮ ਬੰਦ ਨੇ ਇਹ ਹੁਣ ਮਸਾਮ ਖੁੱਲੇ ਨੇ ਜਦੋਂ ਅੰਦਰੋਂ ਪਸੀਨਾ ਆ ਰਿਹਾ ਬਾਹਰ ਉਹਦੀ ਵਜ੍ਹਾ ਨਾਲ ਥੋੜੀ ਜਿਹੀ ਗੁਦਗੁਦ ਹੋ ਰਹੀ ਆ ਮਸਾਮ ਫਰਮਾਇਸ਼ ਆਈ ਇੱਕ ਮਿੰਟ ਫਰਮਾਇਸ਼ ਉਹੀ ਇਹੀ ਜਿਹੜਾ ਪਾਜੀ ਨੇ ਕੀਤਾ ਉਧਰ ਬਟਿਸਟਾ ਇੱਧਰ ਖਬੀਸਟਾ ਓਹੋ ਇੱਧਰ ਮੇਰੀ ਗੱਲ ਸੁਣ ਠਹਿਰ ਜਾ ਮੈਂ ਤੈਨੂੰ ਦੱਸਦਾ ਜਦੋਂ ਇਹਦਾ ਦਿਖਾਉਣੇ ਨਾ ਮਸਲ ਇਹ ਫੜਿਆ ਐਂ ਕਰਕੇ ਓਏ ਆਪਣੀ ਓਏ ਮੇਰੀ ਡੰਡ ਜਿੱਦਾਂ ਲਾਈ ਦੇ ਕਰ ਇੰਜ ਹੁਣ ਥੱਲੇ ਜਾਣਾ ਤੂੰ ਬਸ ਹੱਥ ਸਿੱਧੇ ਕਰ ਲਾ ਇੰਜ ਮੂੰਹ ਇੰਜ ਕਰ ਲਾ ਇੰਜ ਚੱਲ ਅੱਧਾ ਘੰਟਾ ਅੱਖ ਲਾ ਲਾ ਫਿਰ ਮੈਂ ਤੈਨੂੰ ਸਿਖਾਉਣਾ ਬਾਅਦ ਚ ਦੇਖ ਲੋਬੀ ਅਸੀਂ ਜ਼ਿੰਮੇਦਾਰ ਨਹੀਂ ਹੈਗੇ ਕੋ 60 ਪਿੜ ਲੱਗ ਗਈ ਓਏ ਕਿਦਾਂ ਕਰ ਲਿਆ ਓਏ ਬਾਈ ਆ ਨਾ ਪਕੀ ਦੇ ਕੋ ਓਏ ਹੋ ਹੋ ਕਾਬ ਵਾਵਾ ਲੋ ਜੀ ਤੂੰ ਸਮਝ ਵੀ 500 ਕਿਲੋ ਆ ਵਾ ਤੇ 500 ਕਿਲੋ ਆ ਵਾ 1000 ਕਿਲੋ ਹੋ ਗਿਆ ਓਏ ਹੋਏ ਓ ਹੋ ਹੋ ਮਾਰੋ ਯਾਰ।